ਕੇ ਕਿਹਾ ਕਿ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਕਾਂਡ ਹੋਇਆ ਸਰਪੰਚੀ ਇਲੈਕਸ਼ਨ ਦੇ ਵਿੱਚ ਔਰ ਪੇਪਰ ਜਿਹੜੇ ਆ ਨੋਮੀਨੇਸ਼ਨ ਦੀ ਕੀਤੀ ਕਰਵਾਉਣ ਉੱਤੇ ਕੀ ਕਹਿਣਾ ਚਾਹੁੰਦੇ? ਮੇਰਾ ਖਿਆਲ ਘੱਟੋ ਘੱਟ ਬਿਕਰਮ ਮਜੀਠੀ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਸ ਇਨਸਾਨ ਨੇ ਆਪ 10 ਸਾਲ ਡੈਮੋਕ੍ਰੇਸੀ ਦਾ ਗਲਾ ਘੁੱਟਿਆ ਹੋਵੇ ਤੇ ਹੁਣ ਦੁਹਾਈ ਦੇਵੇ ਵੀ ਡੈਮੋਕ੍ਰੇਸੀ ਨਹੀਂ ਹੈਗੀ, ਪਹਿਲੀ ਗੱਲ ਤੇ ਆ। ਦੂਜੀ ਗੱਲ, ਬਿਆਨ ਤਦ ਬਣਦਾ ਵੀ ਜੇ ਕੁਝ ਹੋਇਆ ਹੋਵੇ। ਤਦ ਕਾਰਪੋਰੇਸ਼ਨ ਇਲੈਕਸ਼ਨਾਂ ਹੋਈਆਂ, ਵਿਧਾਨ ਸਭਾ ਹੋਈ, MP ਹੋਈ, ਬਾਈ ਇਲੈਕਸ਼ਨਾਂ, ਕਿਤੇ ਦੱਸ ਦਿਓ, ਲੋਕ ਪੰਜਾਬ ਦੇ ਦੱਸਦੇ ਨੇ ਕੋਈ ਇਹੋ ਜਿਹੀ ਗੱਲ ਹੋਈ ਹੋਵੇ। ਜਿੱਥੋਂ ਤੱਕ ਪਿੰਡਾਂ ਦੇ ਵਿੱਚ ਸਵਾਲ ਆ, ਜੇ ਹੁਣ ਕਿਸੇ ਦੇ ਕਾਗਜ਼ ਨਹੀਂ ਪੂਰੇ ਤਾਂ ਉਹਨੂੰ ਹੁਣ ਕਿਵੇਂ ਇਲੈਕਸ਼ਨ ਲੜਨ ਦੀ ਇਜਾਜ਼ਤ ਦਿੱਤੀ ਹੈ? ਕਿਉਂਕਿ ਇਹਨਾਂ ਦੇ ਵੇਲੇ ਹੁੰਦਾ ਸੀ, ਚਾਹੇ ਕੋਈ ਪਰਚਿਆਂ ਵਾਲਾ, ਚਾਹੇ ਜਿਹੜਾ ਮਰਜ਼ੀ ਉਹਨੂੰ ਲੜਾ ਦਿਓ। ਉਹ ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜਾ ਵਧੀਆ ਤਾਕੀਦ ਕੀਤੀ ਸਾਰਿਆਂ ਨੂੰ ਕਿ ਤੁਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ। ਕਿਤੇ ਬੂਥ ਕੈਪਚਰਿੰਗ ਹੋਈ ਹੋਵੇ ਦੱਸੋ। ਔਰ ਮੈਂ ਮਜੀਠੀਆ ਸਾਹਿਬ ਨੂੰ ਕਹਿੰਦਾ ਕਿ ਤੁਸੀਂ 2007 ਦੀ ਮੇਰੀ ਇਲੈਕਸ਼ਨ ਯਾਦ ਕਰ ਲਓ ਘੱਟੋ ਘੱਟ। ਕੌਂਸਲਰ ਦੀ ਗਮਟਾਲੇ ਪਿੰਡ ਕੋਈ ਕਸਰ ਰਹੀ ਸੀ? ਉਹੋ ਜਿਹੀ ਇਲੈਕਸ਼ਨ ਇੱਕ ਵੀ ਇਹ ਪੰਜਾਬ 'ਚ ਦੱਸ ਦਿਓ। ਸੋ ਇਹ ਗੱਲਾਂ ਸਿਰਫ ਤੁਹਾਡੇ ਕੋਲ ਹੁਣ ਕੋਈ ਗੱਲ ਕਹਿਣ ਨੂੰ ਹੈ ਹੀ ਨਹੀਂ ਗੀ, ਅਤੇ ਅਜਿਹੀਆਂ ਗੱਲਾਂ ਕਰਨੀਆਂ ਬੇਤੁੱਕੀਆਂ ਨੇ। ਬੜਾ ਵਧੀਆ ਤਰੀਕੇ ਦੇ ਨਾਲ ਲੋਕਾਂ ਉਤਸ਼ਾਹ ਦੇ ਨਾਲ ਵੋਟ ਪਾਈ ਆ ਸਾਡੇ। ਹੁਣ ਵੇਖੋ ਕਈ ਕਾਂਗਰਸੀ ਮੈਂਬਰ ਇੱਕ ਇੱਕ ਵੋਟ ਨੂੰ ਹਰੇ ਆ, ਇੱਕ ਇੱਕ ਵੋਟ ਨਾਲੋਂ। ਅਤੇ ਜੇ ਪ੍ਰਸ਼ਾਸਨ ਦਾ ਇਹੋ ਜਿਹਾ ਦਬਾਅ ਹੁੰਦਾ ਤਾਂ ਇੱਕ ਵੋਟ ਦੀ ਕਿਹੜੀ ਗੱਲ ਹੈ ਜੀ? ਪਰ ਨਹੀਂ, ਡੈਮੋਕ੍ਰੇਸੀ ਅਸੀਂ ਦੇਣੀ ਆ, ਇਹ ਸਾਡਾ ਪਹਿਲਾ ਪਰਨ ਆ। ਔਰ ਹੇਠਾਂ ਤੋਂ ਲੈ ਕੇ ਉੱਪਰ ਤੱਕ ਡੈਮੋਕ੍ਰੇਸੀ ਲੋਕਾਂ ਨੂੰ ਅਧਿਕਾਰ ਆ, ਚਾਹੇ ਜਿਸ ਪਾਰਟੀ ਦਾ ਮਰਜ਼ੀ ਹੋਵੇ, ਜਿਸ ਪਾਰਟੀ ਨਾਲ ਮਰਜ਼ੀ ਸੰਬੰਧ ਰੱਖਦਾ ਹੋਵੇ, ਉਹ ਇਲੈਕਸ਼ਨ ਵੀ ਲੜੇ ਔਰ ਆਪਣੀ ਉਹ ਗੱਲ ਕਹੇ, ਆਪਣੀ ਗੱਲ ਰੱਖੇ। ਔਰ ਇਹ ਇੱਕ ਰਾਈਟ ਉਹਨੂੰ ਸੰਵਿਧਾਨ ਨੇ ਦਿੱਤਾ, ਅਸੀਂ ਕੋਈ ਨਹੀਂ ਦਿੱਤਾ। ਔਰ ਸੰਵਿਧਾਨ ਦੇ ਮੁਤਾਬਕ ਜਿਹੜਾ ਰਾਜ ਆ ਉਹ ਪੰਜਾਬ 'ਚ ਮਿਲ ਰਿਹਾ ਅਤੇ ਮਿਲੂਗਾ ਵੀ। ਇੱਕ ਆਡੀਓ ਉਹਨਾਂ ਨੇ ਪ੍ਰਸ਼ਾਸਨ ਦੀ ਸੁਣਾਈ ਹੈ, ਕਹਿੰਦੇ ਕਿ ਦੇਖੋ ਤੁਹਾਡੇ ਸਾਹਮਣੇ ਆ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਆਡੀਓ ਦੀ, ਕਿ ਜਾਂਚ ਕਰਵਾਈ ਜਾ ਸਕਦੀ? ਬਿਲਕੁਲ, ਦੇਖੋ ਜੇ ਕੋਈ ਉਹਨਾਂ ਨੂੰ ਕੰਪਲੇਂਟ ਆ ਤਾਂ ਉਹ ਆਪਣੀ ਗੱਲ ਦਾ ਰੱਖ ਸਕਦੇ ਆ, ਜੇ ਕੋਈ ਜਾਂਚ ਦਾ ਵਿਸ਼ਾ ਹੋਊਗਾ ਤਾਂ ਜਾਂਚ ਹੋਏਗੀ। ਇੱਕ ਰਾਹੁਲ ਗਾਂਧੀ ਉੱਤੇ ਕਟਾਸ਼ ਕਰ ਕੀਤਾ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਣਾ ਨੇ, ਬਿਕਰਮ ਸਿੰਘ ਮਜੀਠੀਆ ਨੇ ਔਰ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਨਤਮਸਤਕ ਬਣਾਏ ਸੀਗੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਉਹਨਾਂ ਨੇ ਕਿਹਾ ਕਿ ਜਿਹੜੇ 84 ਦੰਗੇ ਆ ਉਹ ਰਾਹੁਲ ਗਾਂਧੀ ਨੂੰ ਵੀ ਸੇਕ ਉੱਥੇ ਤੱਕ ਪਹੁੰਚਣਾ ਚਾਹੀਦਾ, ਸਜ਼ਾ ਦਿਵਾਉਣ ਵਾਸਤੇ ਹਰੇਕ ਖਿਲਾਫ ਸੀ। ਦੇਖੋ ਵੱਡੀ ਗੱਲ ਹੈ ਕਿ ਗੁਰੂ ਘਰ ਨਤਮਸਤਕ ਹੋਣਾ, ਕੱਲ੍ਹ ਆਪਾਂ ਵੀ ਗਏ ਸੀ, ਸਾਨੂੰ ਵੀ ਰਾਜਨੀਤਿਕ ਸਵਾਲ ਕੀਤੇ ਗਏ, ਅਸੀਂ ਇੱਕ ਹੀ ਗੱਲ ਕਹੀ ਵੀ ਜਦੋਂ ਇੱਥੇ ਆਪਾਂ ਆਏ ਹਾਂ ਅੱਜ ਦਾ ਦਿਨ ਘੱਟੋ ਘੱਟ ਛੱਡ ਦੇਣਾ ਚਾਹੀਦਾ। ਔਰ ਗੁਰੂ ਘਰ ਵੀ ਉਹਨਾਂ ਨੂੰ ਰਾਹੁਲ ਗਾਂਧੀ ਨਹੀਂ ਭੁੱਲਦਾ। ਗੱਲ ਇਹ ਹੈ ਕਿ ਅੱਜ ਅਸੀਂ ਉੱਠ ਕੇ ਕਹੀਏ ਵੀ ਬਾਦਲ ਸਾਹਿਬ ਹੱਥ ਖੜ੍ਹੇ ਕਰਕੇ ਬਾਹਰ ਨਿਕਲੇ ਸੀ, ਬਾਦਲ ਸਾਹਿਬ ਨੇ ਕਾਂਡ ਕਰਾਇਆ ਸਿੱਖੀ ਦਾ ਜਾਂ ਕਿਸੇ ਗੱਲ ਦਾ, ਅਤੇ ਸੁਖਬੀਰ ਨੂੰ ਸਜ਼ਾ ਦਿਓ 84 ਦੇ ਬਣਦੀ ਆ। ਕੱਲ੍ਹ ਨੂੰ ਬਿਕਰਮ ਸਾਹਿਬ 'ਤੇ ਇੰਨੇ, ਬਿਕਰਮ ਮਜੀਠੀ 'ਤੇ ਇੰਨੇ ਇਲਜ਼ਾਮ ਲੱਗੇ ਨੇ, ਅਤੇ ਕੱਲ੍ਹ ਨੂੰ ਕਹੀਏ ਉਹਦੇ ਬੱਚੇ ਗੁਨਾਹ ਕਰ ਰਹੇ, ਬੱਚੇ ਕਿਸ ਗੱਲ ਦੇ ਗੁਨਾਹ ਕਰਨੇ? ਇਹਦੇ ਆਪ ਘੱਟੋ ਘੱਟ ਸੋਚਣਾ ਚਾਹੀਦਾ, ਆਪਣੇ ਪੱਖ ਨੂੰ ਉੱਥੇ ਰੱਖ ਕੇ ਸੋਚੋ। ਰਾਹੁਲ ਜੀ ਦੀ ਉਮਰ ਕਿੰਨੀ ਸੀ? ਔਰ ਦੋ ਪਰਿਵਾਰ ਦੇ ਜੀ ਗਏ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਿਰਫ ਇੱਕ ਖਬਰ ਬਣਾਉਣ ਤੱਕ ਇਹਨਾਂ ਦੀਆਂ ਹੋ ਸਕਦੀਆਂ, ਅਦਰਵਾਈਜ਼ ਇਹਨਾਂ ਗੱਲਾਂ 'ਚ ਨਾ ਤਾਂ ਕੋਈ ਤੁੱਕ ਹੈ ਅਤੇ ਨਾ ਕੋਈ ਤਰਕ ਆ। ਇੱਕ ਨਰਿੰਦਰ ਮੋਦੀ ਆ ਰਹੇ ਜੀ 3 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਲੱਗਦਾ ਹੈ ਕਿ ਆਪਣਾ ਇੱਕ ਹਵਾ ਬਣਾਉਣ ਵਾਸਤੇ ਜਾਂ ਹਵਾ ਉਡਾਉਣ ਵਾਸਤੇ? ਹਵਾ ਨਹੀਂ ਬਣਨੀ, ਉਹ ਕੋਸ਼ਿਸ਼ ਤਾਂ ਜ਼ਰੂਰ ਕਰਨਗੇ ਕਿਉਂਕਿ ਲੋਕ ਜਾਣ ਚੁੱਕੇ ਆ। ਅੱਜ ਜਿਹੜੇ 5 ਸਾਲ ਜਿਹੜੀ ਤਰਾਸਦੀ ਹੋਈ ਆ ਵਪਾਰੀ ਦੀ, ਕਿਸਾਨ ਦੀ, ਮਜ਼ਦੂਰ ਦੀ, ਪਹਿਲਾਂ ਮਜ਼ਦੂਰ ਨੂੰ ਸਮਝ ਨਹੀਂ ਸੀ ਲੱਗਦੀ ਕਿ ਸ਼ਾਇਦ ਜਿਹੜਾ ਡੀਮੋਨੇਟਾਈਜੇਸ਼ਨ ਦਾ ਅਸਰ ਹੈ ਇਹਦਾ ਵੱਡਿਆਂ 'ਤੇ ਅਸਰ ਆ, ਨਹੀਂ, ਜਦੋਂ ਵਪਾਰੀ ਜਾਊਗਾ ਤਾਂ ਮਜ਼ਦੂਰ ਵੀ ਨਾਲ ਹੀ ਜਾਊਗਾ। ਅੱਜ ਉਹਨਾਂ ਨੂੰ ਕੀ ਕਹਿਣਗੇ ਆ ਕੇ ਰੈਲੀ ਕਰਕੇ ਵੀ ਹੁਣ ਤੁਸੀਂ ਠੀਕ ਹੋ ਜਾਓਗੇ? ਇਹ ਕੋਈ ਕਲੱਚ ਪਲੇਟਾਂ ਨੇ ਸਕੂਟਰ ਦੀਆਂ ਬਦਲ ਦਿਓਗੇ? ਕੋਈ ਟਰੈਕਟਰ ਦਾ ਕੋਈ ਗੇਅਰ ਖਰਾਬ ਹੋ ਗਿਆ ਵੀ ਗਿੱਲੀ ਡਾ ਕੇ ਠੀਕ ਕਰ ਦਿਆਂਗੇ? 5 ਸਾਲ ਜ਼ਿੰਦਗੀ ਦੇ ਖਾਧੇ ਆ, ਉਹ ਰਾਤਾਂ ਲੋਕਾਂ ਨੇ ਕੱਟੀਆਂ ਨੇ, ਪੈਸੇ ਨਾ ਹੋਣੇ, ਕਰਜ਼ੇ ਹੋਣੇ, ਦੇਸ਼ ਛੱਡ ਕੇ ਭੱਜਣਾ, ਇਹ ਕੋਈ ਛੋਟੀਆਂ ਗੱਲਾਂ ਨਹੀਂ ਆ। ਇਹਦੇ ਨਾਲ ਜੇ ਮੋਦੀ ਸਾਹਿਬ ਕਹਿਣਗੇ ਰੈਲੀ ਕਰਕੇ ਸਾਰਾ ਕੁਝ ਮੈਂ ਠੀਕ ਕਰ ਜੂੰਗਾ, ਨਥਿੰਗ ਇਜ਼ ਪੋਸੀਬਲ। ਇਹ ਜੋ ਜਿਸ ਬੰਨੇ ਹੁਣ ਦੇਸ਼ ਤੁਰ ਪਿਆ ਆ ਉੱਧਰ ਨੂੰ ਹੀ ਜਾਣਾ ਹੈ। ਇੱਕ ਲਾਸਟ ਕੁਐਸਚਨ ਹੈ ਜੀ, ਬਿਕਰਮ ਸਿੰਘ ਮਜੀਠੀਆ ਨੇ ਇੱਕ ਕਾਂਗਰਸ ਵੱਲੋਂ ਗੱਲ ਕਰਦੇ ਕਿਹਾ ਕਿ ਜਿਹੜੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਮੂਵੀ ਬਣ ਰਹੀ ਆ ਉਹ ਇਸ ਤਰ੍ਹਾਂ ਦੀ ਮੂਵੀਜ਼ ਵੀ ਹੋਣੀ ਚਾਹੀਦੀ ਹੈ ਕਿ ਤਾਂ ਜੋ ਪ੍ਰਾਈਮ ਜੋ ਪ੍ਰਧਾਨ ਮੰਤਰੀ ਉਹਦੀ ਗਰੀਬਾਂ ਨੂੰ ਜਿਹੜਾ ਉਹ ਦੇਖਿਆ ਜਾ ਸਕੇ। ਚੰਗੀ ਗੱਲ ਹੈ, ਦੇਖੋ ਉਹਨੇ ਚੰਗੀ ਗੱਲ ਕੀਤੀ ਹੈ ਔਰ ਇਹ ਮੈਂ ਵੀ ਇਸ ਗੱਲ ਦਾ ਸਹਿਮਤ ਹਾਂ ਇਸ ਗੱਲ ਦੇ ਨਾਲ। ਅਸੀਂ ਵੀ ਤੁਸੀਂ ਮੇਰੀ ਇੰਟਰਵਿਊ ਸ਼ਾਇਦ ਦੇਖੀ ਹੋਊਗੀ, ਮੈਂ ਪਾਕਿਸਤਾਨ ਗਿਆ ਹਾਂ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਇਮਰਾਨ ਖਾਨ ਜੀ ਨੇ ਨਾਂ ਨਹੀਂ ਲਿਆ, ਹਰਸਿਮਰਤ ਕੌਰ ਬਾਦਲ ਹੈ, ਹਰਦੀਪ ਪੁਰੀ ਹੈ, ਸਾਡੇ ਮਿਨਿਸਟਰ ਨੇ, ਸਾਡੇ ਇੰਡੀਆ ਦੇ ਮਿਨਿਸਟਰ ਨੇ, ਸਾਨੂੰ ਵੀ ਇਸ ਗੱਲ ਦਾ ਬੜਾ ਬੁਰਾ ਲੱਗਾ। ਮੈਂ ਵੀ ਕਿਹਾ ਸੀ ਮੀਡੀਆ 'ਚ ਆ ਕੇ ਵੀ ਉਹ ਜੋ ਮਰਜ਼ੀ ਹੋਵੇ, ਰਾਜਨੀਤਿਕ ਤੌਰ 'ਤੇ ਅਸੀਂ ਜਿਸ ਤਰ੍ਹਾਂ ਮਰਜ਼ੀ ਹੋਈਏ, ਪਰ ਇੱਕ ਪੋਸਟ ਆ ਅਤੇ ਪੋਸਟ ਕੋਈ ਉਹਨਾਂ ਨੇ ਖੋ ਕੇ ਨਹੀਂ ਲਈ, ਪੋਸਟ
ਇੱਕ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਮਿਲੀ ਆ। ਜੇ ਅੱਜ ਪੋਸਟ ਨੂੰ ਕੋਈ ਗੱਲ ਕਰੂਗਾ ਤਾਂ ਸਾਡੇ ਲਈ ਉਹ ਦੁੱਖ ਲੱਗਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਗਰਮਿਆਂ ਨੂੰ ਰੱਖਣਾ ਚਾਹੀਦਾ, ਚੰਗੀ ਗੱਲ ਹੈ ਜੇ ਇੱਦਾਂ ਦੀ ਗੱਲ ਸੋਚਦੇ ਨੇ। ਲਾਸਟ ਕੁਐਸਚਨ ਹੈ ਜੀ, ਕਿਰਨ ਖੇਰ ਦੇ ਘਰ ਵਾਲਾ ਦੇ ਵਿੱਚ ਮੇਨ ਲੀਡ ਕਰ ਰਿਹਾ ਕਿ ਲੱਗਦਾ ਨਹੀਂ ਕਿ ਆਰਐਸਐਸ ਦਾ ਲੱਗਦਾ ਨਹੀਂ ਹੈ ਹੀ ਉਹਨਾਂ ਦਾ ਆ। ਉਹ ਹੁਣ ਆਪਣੇ ਆਪ ਨੂੰ ਫਿਲਮਾਂ ਦੇ ਨਾਲ, ਰੈਲੀਆਂ ਦੇ ਨਾਲ ਗਲਤ ਅਫਵਾਹਾਂ ਫੈਲਾ ਕੇ ਸਮਝਦੇ ਆ ਕਿ ਲੋਕ ਸ਼ਾਇਦ ਸਾਡੀ ਗੱਲ 'ਤੇ ਯਕੀਨ ਕਰ ਲੈਣਗੇ। ਅੱਜ ਘਰਾਂ ਦੀ ਜੋ ਹਾਲਤ ਆ ਕਿੱਦਾਂ ਯਕੀਨ ਕਰਨਗੇ ਜਿਹਦੇ ਬੱਚਿਆਂ ਦੀ 5 ਸਾਲ ਜਿਨ੍ਹਾਂ ਨੇ ਚੰਗੇ ਭਲੇ ਸਕੂਲਾਂ 'ਚੋਂ ਹਟਾ ਕੇ ਮਾੜੇ ਸਕੂਲਾਂ 'ਚ ਬੱਚੇ ਪਾਲੇ ਨੇ, ਜਿਨ੍ਹਾਂ ਦੇ ਕਰੋੜਾਂ ਦਾ ਕਰਜ਼ਾ, ਕਈ ਲੋਕ ਆਤਮ ਹੱਤਿਆ ਕਰ ਗਏ। ਕਿਸਾਨ ਰੁਲ ਰਿਹਾ, ਮਜ਼ਦੂਰ ਰੁਲ ਰਿਹਾ, ਨੌਜਵਾਨ ਜਿਹਨੂੰ 2 ਕਰੋੜ ਨੌਕਰੀਆਂ ਦੇ ਅਸੀਂ ਦੇਵਾਂਗੇ, 15-15 ਲੱਖ ਦੇ ਜਿਹਨਾਂ ਨੂੰ ਕਿਹਾ ਤੁਹਾਡੇ ਅਕਾਊਂਟ 'ਚ ਆ ਜਾਣਗੇ, ਕੀ ਸਮਝਦੇ ਜੇ ਫਿਲਮਾਂ ਦੇ ਨਾਲ ਉਹ ਠੀਕ ਹੋ ਜਾਣਗੇ? ਹਾਂ, ਜੇ ਫਿਲਮ 'ਚ ਤੁਹਾਨੂੰ ਕੁਛ ਲੱਗਾ, ਤੁਹਾਡੇ ਕੋਲ ਕੁਝ ਲੱਗਦਾ ਸੀ ਹੈਗਾ, ਤੁਸੀਂ ਕਾਰਵਾਈ ਕਰੋ। 4 ਸਾਲ ਤੁਸੀਂ ਗੌਰਮੈਂਟ 'ਚ, ਤੁਸੀਂ ਕੰਟਰੀ ਨਾਲ, ਇਹਦਾ ਮਤਲਬ ਕੰਟਰੀ ਨਾਲ ਧੋਖਾ ਤਾਂ ਤੁਸੀਂ ਵੱਡਾ ਕੀਤਾ, ਅਤੇ ਜੇ ਧੋਖਾ ਨਹੀਂ ਕੀਤਾ ਇਹਦਾ ਮਤਲਬ ਉਹ ਗਲਤ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਫਿਲਮਾਂ ਬਣਾ ਕੇ, ਰੈਲੀਆਂ 'ਚ ਗਲਤ ਗੱਲਾਂ ਅਫਵਾਹਾਂ ਫੈਲਾ ਕੇ, ਸੋਸ਼ਲ ਮੀਡੀਆ 'ਤੇ ਸੁੱਟ ਕੇ, ਤੁਸੀਂ ਕੀ ਸਮਝੋਗੇ ਕਿ ਲੋਕ ਦੇਸ਼ ਦੇ ਐਡੇ ਲਾਈ ਲੱਗਣੇ ਕਿ ਤੁਹਾਡੇ ਮਗਰ ਲੱਗ ਜਾਣਗੇ? ਬਿਲਕੁਲ ਨਹੀਂ ਹੋਣਾ ਹੈ। ਇਹਦੇ ਵਾਸਤੇ ਤੁਸੀਂ ਤਿਆਰੀ ਰੱਖੋ। ਇਹ 2019 ਜਿਹੜੀ ਆ, ਲੋਕਾਂ ਨੇ ਜਿਹੜਾ ਫਤਵਾ ਆ, ਜਿਹੜੇ ਤੁਸੀਂ ਕਾਰਜ ਕੀਤੇ ਆ ਉਹਨਾਂ ਲਈ ਭੁਗਤਣ ਲਈ ਤਿਆਰ ਹੋ। ਜੇ ਸਮਝਦੇ ਜੇ ਤੁਸੀਂ ਚੰਗੇ ਕਾਰਜ ਕੀਤੇ ਆ ਤਾਂ ਫਿਰ ਇਹ ਨਹੀਂ, ਪਰੇਸ਼ਾਨ ਹੋਣ ਦੀ ਲੋੜ ਨਹੀਂ, ਫਿਰ ਲੋਕ ਤੁਹਾਡੇ 'ਤੇ ਯਕੀਨ ਜ਼ਰੂਰ ਕਰਨਗੇ।